Subscribe the channel and press the bell notification icon. ਬੀਤੇ ਦਿਨੀ ਅਮਰੀਕਾ ਦੀ ਮੈਗਜ਼ੀਨ ਟਾਈਮ ਵਿੱਚ ਲੇਖਕ ਆਤਿਸ਼ ਤਾਸੀਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੰਧੀ ਲਿਖਿਆ ਗਿਆ ਸੀ ਕਿ ਨਰਿੰਦਰ ਮੋਦੀ ਫੁੱਟ ਪਾਉਣ ਵਾਲੇ ਲੀਡਰ ਹਨ, ਜਿਸ ਤੇ ਬੀਜੇਪੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਕਾਰਨ ਹੁਣ ਬੀਜੇਪੀ ਨੇ ਲੇਖਕ ਤਾਸੀਰ ਨੂੰ ਪਾਕਿਸਤਾਨੀ ਕਰਾਰ ਦਿੱਤਾ ਹੈ। ਪੇਸ਼ ਹੈ ਇਸ ਸੰਬੰਧ ਵਿੱਚ ਇੱਕ ਖਾਸ ਰਿਪੋਰਟ। ਬੀਤੇ ਦਿਨੀ ਅਮਰੀਕਾ ਦੀ ਮਸ਼ਹੂਰ ਮੈਗਜ਼ੀਨ ਟਾਈਮ ਵਿੱਚ ਲੇਖਕ ਆਤਿਸ਼ ਤਾਸੀਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਬੰਧੀ ਲਿਖਿਆ ਗਿਆ ਸੀ ਕਿ ਨਰਿੰਦਰ ਮੋਦੀ ਫੁੱਟ ਪਾਉਣ ਵਾਲੇ ਲੀਡਰ ਹਨ, ਜਿਸ ਤੇ ਬੀਜੇਪੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਬੀਜੇਪੀ ਨੇ ਅਮਰੀਕਾ ਦੇ ਮਸ਼ਹੂਰ ਰਸਾਲੇ ਟਾਈਮ ਦੇ ਕਵਰ ਪੇਜ ਤੇ ਪੀਐਮ ਨਰਿੰਦਰ ਮੋਦੀ ਨੂੰ ਫੁੱਟ ਪਾਉਣ ਵਾਲਾ ਲੀਡਰ ਕਹੇ ਜਾਣ ਸੰਬੰਧੀ ਇਸ ਲੇਖਕ ਨੂੰ ਪਾਕਿਸਤਾਨੀ ਕਰਾਰ ਦਿੱਤਾ ਹੈ। ਦਰਸ਼ਕਾਂ ਨੂੰ ਦੱਸ ਦਈਏ ਕਿ ਟਾਈਮ ਦੇ ਕੌਮਾਂਤਰੀ ਸੰਸਕਰਣ ਵਿੱਚ ਮੋਦੀ ਨੂੰ ਜਿਸ ਲੇਖ ਵਿੱਚ ਫੁੱਟ ਪਾਓ ਲੀਡਰ ਕਿਹਾ ਗਿਆ ਹੈ, ਉਸ ਨੂੰ ਲੇਖਕ ਆਤਿਸ਼ ਤਾਸੀਰ ਨੇ ਲਿਖਿਆ ਹੈ। ਜ਼ਿਕਰਯੋਗ ਹੈ ਕਿ ਆਤਿਸ਼ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਲੀਡਰ ਸਨ ਅਤੇ ਸਲਮਾਨ ਨੂੰ ਉਹਨਾਂ ਦੇ ਹੀ ਸੁਰੱਖਿਆ ਮੁਲਾਜ਼ਮ ਨੇ ਪਾਕਿਸਤਾਨ ਵਿੱਚ ਗੋਲੀ ਮਾਰ ਦਿੱਤੀ ਸੀ। ਇਸ ਤੋਂ ਇਲਾਵਾ ਲੇਖਕ ਆਤਿਸ਼ ਤਾਸੀਰ ਦੀ ਮਾਂ ਤਲਵੀਨ ਸਿੰਘ ਵੀ ਮੰਨੀ ਪਰਮੰਨੀ ਪੱਤਰਕਾਰ ਹੈ, ਜੋ ਕਿ ਅਕਸਰ ਨਰਿੰਦਰ ਮੋਦੀ ਦਾ ਸਮਰਥਨ ਕਰਦੀ ਦਿਸਦੀ ਹੈ। ਸਟਾਰ ਕੈਨੇਡਾ ਟੀਵੀ ਲਈ ਨਿਊਜ਼ ਡੈਸਕ ਤੋਂ ਹਰਿੰਦਰ ਟਿਵਾਣਾ ਤੇ ਟੀਮ ਵੱਲੋਂ ਬਿਊਰੋ ਰਿਪੋਰਟ।